ਬਲਵਿੰਦਰ ਸਿੰਘ। ਹਾਂ ਭਾਈ, ਮੈਂ ਸੁਣਿਆ ਕਹਿੰਦੇ ਗੁਰਦੇਵ ਕਿਲਾਣੇ ਨੇ ਭੋਏ ਵੇਚਤੀ ਯਾਰ, ਆ ਜਿਹੜੀ ਨਹਿਰ ਨਾਲ ਲੱਗ ਸੀ ਪੈਲੀ। ਹਾਂ ਬਾਈ, ਕਹਿ ਰਹੇ ਆ ਕਹਿੰਦੇ ਮੁੰਡੇ ਨੇ ਬਾਹਰ ਬੂਰ ਜਾਣਾ, ਨਾਲੇ ਹਰਜੀਤਾ ਕਹਿੰਦਾ ਜੋ ਕਰਜ਼ਾ ਉਹ ਲਾ ਦਿਆਂਗੇ। ਬਾਈ ਬਲਵਿੰਦਰ ਸਿੰਘ, ਬੰਦੇ ਦੇ ਸਿਰ ਕਰਜ਼ਾ ਚੜਿਆ ਬਹੁਤ ਮਾੜਾ, ਇਹ ਤੋਂ ਤਾਂ ਪਾਸਾ ਵੱਟੇ ਚੰਗਾ, ਇਹ ਤਾਂ ਸਿਰ ਦੇ ਵਾਲਾਂ ਵਾਂਗੂ ਵੱਧਦਾ ਹੀ ਜਾਂਦਾ। ਹਾਂ ਬਾਈ ਅਮਰਜੀਤ, ਜੇ ਬੰਦਾ ਪਹਿਲਾਂ ਸੋਚ ਵਿਚਾਰ ਕੇ ਚੱਲੇ ਤਾਂ ਕਾਹਨੂੰ ਭੋਏ ਵਿਕਦੀ ਹੈ। ਹਰਜੀਤ ਤਾਂ ਖਰਚਾ ਹੀ ਬਾਹਲਾ ਹੀ ਕਰਦਾ ਸੀ, ਵੈਸੇ ਬੰਦਾ ਪਹਿਲਾਂ ਅੱਗੇ ਬਾਰੇ ਵਿਚਾਰ ਕੇ ਚੱਲੇ ਨਾ ਤਾਂ ਹੀ ਚੰਗਾ। ਬਾਈ ਮਲਕੀਤ ਸਿਆਂ, ਵੇਚਣ ਵੱਟਣ ਕੁਛ ਕਰਨ, ਆਪਾਂ ਕੀ ਲੈਣਾ ਦੇਣਾ। ਹਾਂ ਉਹ ਤਾਂ ਖੈਰ। ਵੇਖ ਲਓ, ਸਮਾਂ ਵੀ ਆਪਣੀ ਭਲਵਾਨੀ ਖੇਡ ਖੇਡ ਗਿਆ। ਪਰਤਾਂ ਦੀ ਸੋਝੀ ਤੇ ਗੰਧਲੀ ਮਿੱਟੀ ਦੇ ਸਿੱਟੇ ਪੈ ਗਏ। ਹੋ ਸਕਦਾ ਹੈ ਆਉਣ ਵਾਲੇ ਵਕਤ ਨੂੰ ਹੋਰ ਗੰਧਲਾ ਕਰ ਦੇਣ, ਸਭ ਸਮੇਂ ਦੀਆਂ ਗੱਲਾਂ ਨੇ। ਆ ਗਏ ਬਾਪੂ ਜੀ। ਹਾਂ 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 ਤਾਇਆ, ਕਿੱਧਰ ਪਾਇਆ ਫੇਰੀ? ਉਹ ਤਾਏ ਨੇ ਕਾਹਦੀਆਂ ਫੇਰੀਆਂ ਪਾਉਣੀਆਂ ਸੀ, ਬੁੜੇ ਹੋਏ ਨੇ, ਸੱਥ ਚੋਂ ਆਇਆ ਸੀ ਯਾਰ। ਕੀ ਕਹਿੰਦੀ ਹੈ ਫਿਰ ਸੱਥ? ਸੱਥ ਨੇ ਕੀ ਕਹਿਣਾ, ਆਹੀ ਖੇਤੀ ਤੇ ਪਿੰਡ ਦੀਆਂ ਗੱਲਾਂ। ਤੂੰ ਦੱਸ ਤੇਰੀ ਖੇਤੀ ਪੱਤੀ ਦਾ ਕੀ ਹਾਲ ਹੈ? ਬਸ ਮੇਹਰ ਆ ਪਾਇਆ ਵਾਹਿਗੁਰੂ ਦੀ। ਬਾਪੂ ਜੀ ਚੰਗਾ ਹੋਇਆ ਤੁਸੀਂ ਮਿਲ ਗਏ, ਤੁਹਾਨੂੰ ਮੈਂ ਪੁੱਛਣਾ ਹੀ ਸੀ, ਆ ਨਿਆਈ ਵਾਲੇ ਖੇਤ 'ਚ ਆਪਾਂ ਨਰਮੇ ਖਾਤਰ ਸਿਆਰ ਕਰ ਦਈਏ? ਨਹੀਂ ਮਲਕੀਤ ਸਿਆ, ਉੱਥੇ ਤਾਂ ਮੂੰਗੀ ਚੰਗੀ ਰਹੂ ਪੁੱਤ। ਉਹ ਤਾਇਆ ਸਿਆੜ ਤਾਂ ਜਿਹੜੇ ਮਰਜ਼ੀ ਕੱਢ ਦੀਏ, ਆ ਦਾਣੇ ਤਾਂ ਵਾਹਿਗੁਰੂ ਨੇ ਦੇ ਹੀ ਦੇਣੇ ਨੇ। ਗੱਲ ਦਾਣਿਆਂ ਦੀ ਨਹੀਂ ਸੁੱਖਾ ਸਿਆ, ਖੇਤ ਦੀ ਜ਼ਮੀਨ 'ਚ ਵੀ ਜਾਨ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਸਮਾਂ ਵਿਚਾਰ ਕੇ ਖੇਤੀ ਕਰਦੇ ਆ ਉਹ ਦਮੜੇ ਖੱਟ ਲੈਂਦੇ ਆ। ਉਹ ਤਾਇਆ ਨੀਤਾਂ ਸੁੱਚੀਆਂ ਹੋਣੀਆਂ ਚਾਹੀਦੀਆਂ ਨੇ, ਆ ਦਮੜਿਆਂ ਦਮੜਿਆਂ ਦਾ ਕੀ ਹੈ, ਇਹ ਤਾਂ ਆਪ ਹੀ ਬਥੇਰੇ ਆ ਜਾਂਦੇ ਨੇ। ਉਹ ਨੇਕ ਕਮਾਈ ਕਰਨ ਵਾਲੀ ਬੰਦੇ ਨੂੰ ਸੋਝੀ ਆਉਂਦੀ ਹੈ, ਇਹ ਤਾਂ ਮਿਹਨਤਾਂ ਦੀ ਖੇਡ ਹੈ, ਬਸ ਖੇਡੀ ਜਾਓ। ਚੰਗਾ ਬਾਪੂ, ਸਹੀ ਕਹਿਣਾ ਸੁੱਖਿਆ ਹੋਏ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ, ਹੋਰ ਤਾਂ ਠੀਕ ਹੈ ਜੀ ਬਾਪੂ ਜੀ? ਘਰੇ ਸਾਰੇ ਸੁੱਖ ਸਾਂ ਸੀ? ਸਾਰੇ ਠੀਕ ਨੇ ਬਾਪੂ। ਓਹੋ ਬਾਪੂ ਜੀ, ਸਾਰੀਆਂ ਗੱਲਾਂ ਤੁਸੀਂ ਇੱਥੇ ਹੀ ਕਰੋਗੇ? ਚਲੋ ਅੰਦਰ ਬਹਿ ਕੇ ਭੈਣ ਨਾਲ ਗੱਲਾਂ ਕਰਦੇ ਹਾਂ। ਚਲੋ ਨੀਮਾ ਸਦਕੇ ਮੇਰੀ ਧੀ ਆ ਗਈ। ਸਤਿ ਸ਼੍ਰੀ ਅਕਾਲ ਧੀਏ। ਨੀ ਤੂੰ ਕਵੇਲਾ ਹੀ ਕਰਤਾ? ਬਸ ਬੀਬੀ, ਮਾੜੀ ਮਾੜੀ ਨਾ ਕਵੇਲਾ ਹੋ ਗਿਆ। ਤੇਰੇ ਭਤੀਜੇ ਤੈਨੂੰ ਕਦੋਂ ਦੇ ਡਿੱਕੀ ਜਾਂਦੇ ਨੇ? ਅੱਛਾ ਬੇਬੇ, ਤੂੰ ਧਾਰ ਕੱਢ ਲਿਆ, ਚੰਗਾ ਕਵੇਲਾ ਹੋਈ ਜਾਂਦਾ ਹੈਗਾ। ਚੱਲ ਮੈਂ ਵੀ ਚੱਲਦਾ ਤੇਰੇ ਨਾਲ। ਕੀ ਹਾਲ ਹੈ ਬੱਚਿਓ, ਕੀ ਕਰਦੇ ਸੀ? ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁੱਡੂ, ਕਿਵੇਂ ਆ? ਵਧੀਆ। ਭਾਬੀ ਬਾਈ ਕਿੱਥੇ ਆ? ਤੇਰਾ ਬਾਈ ਨਾ ਖੇਤਾਂ ਨੂੰ ਗਿਆ ਹੈਗਾ ਤੇ ਆਉਣ ਵਾਲੇ ਹੀ ਹੋਣਗੇ। ਮੈਂ ਚਾਹ ਬਣਾ ਕੇ ਲਿਆਉਣੀ ਆ ਤੇਰੇ ਵਾਸਤੇ ਤੇ ਤੁਸੀਂ ਮਾਰੋ ਗੱਲਾਂ। ਉਹ ਮੇਰਾ ਗੁੱਲੂ ਮੁੱਲੂ, ਬਾਲਾ ਸ਼ਰਾਰਤੀ ਹੋ ਗਿਆ ਤੂੰ, ਚਲੋ ਆਪਾਂ ਖੇਡਦੇ ਆ। ਸੁੱਖੋ ਭਾਈ, ਆ ਤਾਂ ਤੂੰ ਬਾਹਲਾ ਚੰਗਾ ਕੀਤਾ ਜਿਹੜਾ ਆ ਗਈ, ਪਰ ਇੱਕ ਗੱਲ ਸੁਣ ਲੈ, ਇਸ ਵਾਰ ਨੈਣ ਬਾਈ ਨੂੰ ਅਸੀਂ ਨਾ ਚਾਰ ਪੰਜ ਦਿਨ ਨਹੀਂ ਜਾਣ ਦੇਣਾ, ਆਈ ਵਾਰੀ ਨਾ ਕਾਲੀ ਦੀ ਪਾਣੀ ਨਾਲ ਹੀ ਚੱਕੀ ਲਿਆਓ। ਬਾਈ ਉਹਨਾਂ ਦੀ ਪਾਣੀ ਨਹੀਂ ਲੈਂਦੀ, ਵਕਤ ਨੂੰ ਗਲਵਕੜੀ ਪਾ ਕੇ ਤੁਰਦੇ ਆ। ਸਾਰੀਆਂ ਗੱਲਾਂ ਛੱਡੋ, ਤੁਸੀਂ ਪਹਿਲਾਂ ਦੁੱਧ ਪੀ ਲਓ। ਮੈਨੂੰ ਪਤਾ ਤੁਸੀਂ ਦੋਨਾਂ ਭੈਣ ਭਰਾਵਾਂ ਨੇ ਨਾ ਬਹੁਤ ਗੱਲਾਂ ਕਰਨੀਆਂ। ਲੈ ਸੁਖਜੀਤ, ਤੂੰ ਵੀ ਲੈ ਲੈ। ਆ ਲਓ ਬਾਪੂ ਜੀ। ਹੋਰ ਧੀਏ ਸੁੱਖੋ, ਨਰਾਇਣ ਸਿੰਘ ਦਾ ਕੀ ਹਾਲ ਹੈ? ਹਾਂਜੀ ਬਾਪੂ ਜੀ, ਹੁਣ ਤਾਂ ਖੇਤਾਂ 'ਚ ਹੀ ਹੁੰਦੇ ਆ। ਇਹ ਤਾਂ ਚੰਗੀ ਗੱਲ ਹੈ, ਵੇਲੇ ਸਿਰ ਫਸਲ ਸਮਝੇ, ਇਹਦੇ ਵਰਗੀ ਤਾਂ ਰੀਸ ਹੀ ਨਹੀਂ। ਹਾਂਜੀ ਬਾਪੂ ਜੀ। ਸਾਰੀਆਂ ਗੱਲਾਂ ਛੱਡੋ ਬੇ ਮੇਜਰਾ, ਮੇਰੀ ਨਣਦ ਨਾ ਕਿੰਨੇ ਚਿਰ ਬਾਅਦ ਆਈ ਹੈ, ਬੱਲੂ ਦੀ ਹੱਟੀ ਤੋਂ ਵਧੀਆ ਜਿਹਾ ਸੂਟ ਦਵਾ ਕੇ ਲਿਆਈ ਕੱਲ ਨੂੰ। ਕੀ ਭਾਬੀ, ਸਾਰੇ ਕੁੜੀਆਂ ਵਾਲੇ ਕੰਮ ਤੁਸੀਂ ਮੈਨੂੰ ਹੀ ਆਖਦੇ ਰਹਿੰਦੇ ਹੋ। ਓਏ ਛੋਟਿਆ, ਜਿੰਨਾ ਤੀਕ ਇਸ ਤਰ੍ਹਾਂ ਵਿਆਹ ਨਹੀਂ ਹੋ ਜਾਂਦਾ ਨਾ, ਆਪਦੇ ਆਪ ਨੂੰ ਇਸ ਘਰ ਦੀ ਛੋਟੀ ਕੁੜੀ ਸਮਝ ਤੂੰ।
ਵਿਆਹ ਤਾਂ ਮੈਂ ਹੁਣ ਕਰਵਾ ਦਿੰਨੀ ਆ ਲੈ ਮੇਰੀ ਭੂਆ ਦੀ ਕੁੜੀ ਐ ਬਲਾਈ ਸੋਹਣੀ ਐ ਨਾਲੇ ਨਾ ਭਾਬੀ ਉਹਦੇ ਨਾਲ ਤਾਂ ਮੈਂ ਕੁਵਾਰਾ ਹੀ ਚੰਗਾ ਕਿਉਂ ਓਏ ਵਿਆਹ ਤੋਂ ਬੜਾ ਭਜਦਾ ਤੂੰ ਯਾਰ ਸੁਖਜੀਤ ਨਰੈਣ ਤੇਰਾ ਖਿਆਲ ਤਾਂ ਰੱਖਦਾ ਉਹ ਤਾਂ ਸਾਰਾ ਦਿਨ ਖੇਤਾਂ 'ਚ ਹੀ ਰਹਿੰਦਾ ਓ ਹੋ ਕਮਲੀਏ ਘਰੇ ਵੀ ਤਾਂ ਆਉਂਦਾ ਹੀ ਹੋ ਕਿ ਦਿਨ ਰਾਤ ਖੇਤਾਂ 'ਚ ਹੀ ਲੱਗਿਆ ਰਹਿੰਦਾ ਓ ਹੋ ਭਾਬੀ ਤੁਸੀਂ ਵੀ ਨਾ ਕਿਉਂ ਕੁੜੀਓ ਹੜੇ ਹੜ ਲਾਈ ਐ ਆ ਕੁਛ ਨਹੀਂ ਬਾਪੂ ਜੀ ਇਹ ਤਾਂ ਉਹੀ ਕੁੜੀਆਂ ਹੱਸੀ ਜਾਂਦੀਆਂ ਨੇ ਗੱਲਾਂ ਕਰਕੇ ਹੱਸਦੀਆਂ ਸੀ ਇਹ ਨਾ ਕੋਈ ਸੰਗ ਨਾ ਸ਼ਰਮ ਵੱਡੇ ਛੋਟੇ ਦੀ ਥੋਡੀ ਖਾਤਰ ਚੀਜ਼ ਲੈ ਕੇ ਆਇਆ ਉਹ ਖਾਓਗੇ ਲਓ ਫਿਰ ਪਤਾਸੇ ਖਾਓ ਲੈ ਵੀ ਸ਼ੇਰ ਆ ਲੈ ਵੀ ਬਗਿਆ ਵਾਹ ਮੇਰਾ ਪੁੱਤ ਆਹੀ ਕੋਤਾ ਭਾਲਦੇ ਤਾਂ ਹੀ ਥੋੜੇ ਗੋਂਦੇ ਨੇ ਹਾਂ ਹੋਰ ਬੱਚਿਆਂ ਦਾ ਕੀ ਹੁੰਦਾ ਹੋਰ ਲੈਣੇ ਓਏ ਓਏ ਤੈ ਲੈਣੇ ਛੋਰਾ ਬਾਈ ਮਲਕੀਤ ਸਿਆਂ ਕਿੱਥੇ ਖੋ ਗਿਆ ਅਮਰਜੀਤ ਸਿਆਂ ਵਕਤ ਦੇ ਘੋੜੇ ਨੂੰ ਕਿਹਨੇ ਸਾਂਭਿਆ ਇਹ ਤਾਂ ਆਪਣੀ ਲਗਾਮ ਦਾ ਆਪ ਹੱਕਦਾਰ ਹੈ ਚੱਲ ਚੰਗਾ ਲੈ ਬਾਪੂ ਆ ਗਿਆ ਜੀ ਰੋਟੀ ਪਾ ਦੇ ਇਹਨੂੰ ਸਵੇਰ ਦੀ ਖਾਧੀ ਹੋਣੀ ਆ ਭੁੱਖ ਲੱਗ ਗਈ ਹੋਊ ਲੈ ਦੱਸੋ ਭਲਾ ਮੈਨੂੰ ਕੀ ਪਤਾ ਸੀ ਬਾਪੂ ਨੇ ਅੱਜ ਇੱਥੇ ਰੋਟੀ ਖਾਣੀ ਹੈ ਮੈਂ ਤਾਂ ਆਪਣੇ ਜੋਗੀਆਂ ਹੀ ਲਾਹੀਆਂ ਨੇ ਲੈ ਬਾਪੂ ਖਾਲਾ ਸਾਨੂੰ ਪਤਾ ਤੈਨੂੰ ਛੋਟੀ ਨੂੰ ਉਹਨੇ ਕਿੰਨੀਆਂ ਕੁ ਖਾਉਣੀਆਂ ਰੋਟੀਆਂ ਖਾਲਾ ਖਾਲਾ ਲਿਆ ਬੁੱਤ ਖਾ ਲਓ ਰੋਟੀ ਮੇਰਾ ਤਾਂ ਜਸ ਹੀ ਨਹੀਂ ਮੈਂ ਤਾਂ ਸਭ ਦਾ ਕਰਦੀ ਹਾਂ ਪਰ ਮੈਨੂੰ ਨਹੀਂ ਕੋਈ ਟਿਕਣ ਦਿੰਦਾ ਜਦੋਂ ਤਾਂ ਲੈਣ ਦੀ ਵਾਰੀ ਆਉਂਦੀ ਹੈ ਅਗਲੀ ਹੱਕਦਾਰਨੀ ਬਣ ਕੇ ਖੜ ਜਾਂਦੀ ਆ ਪਰ ਰੋਟੀ ਵੇਲੇ ਤਾਂ ਉਹ ਕਿਸੇ ਦੀ ਜਾਤ ਨਹੀਂ ਪੁੱਛਦੀ ਫਿਰ ਮੈਨੂੰ ਆਖ ਦਿੰਦੇ ਨੇ ਵੀ ਤੂੰ ਬਾਲਾ ਬੋਲਦੀ ਹੈ ਚੱਲ ਛੱਡ ਚਲੀਏ ਆਪਾਂ ਐਵੇਂ ਬੀਪੀ ਨਾ ਹਾਈ ਕਰ ਉਹਨੂੰ ਤਾਂ ਕੋਈ ਕੁਛ ਕਹਿੰਦਾ ਨਹੀਂ ਹੈਗਾ ਸਾਰੇ ਮੇਰੇ ਮਗਰ ਹੀ ਪੈ ਜਾਂਦੇ ਹੈਗੇ ਨਾਲੇ ਤਾਂ ਇਹਨਾਂ ਨੂੰ ਰੋਟੀਆਂ ਖਵਾਓ ਨਾਲੇ ਮਾੜਾ ਖਵਾਓ
एक दरख्त का सोहप्पन ओदियां टाहणियां नाल हुंदा। जद टाहणियां टुटण लगन तो दरख्त ने सोना कित्थों लगना। सच्चे पातशाह तेरा भाणा मीठा लागे। हे सच्चे पातशाह तेरे भाणे नूं अमृत समझ के पीता। वाहिगुरु जिहड़े जवाकां दे मूहां चों लाड नाल बुरकियां पाईआं सी अज उही मूह किहड़ियां तलखियां चों बुरकियां खो रहे ने। तेरे कोल मंगते बन के आउने आ उलझियां ताणियां सुलझाउण लई। परिवार की एकता चो मिठास दियां बरकतां पाओ सच्चे पातशाह। दिन भी दो दो वंडे आ, कल वेखी गया किन्ना टाइम खीर सानू फड़ाउणी पई। फिर कसद नहीं गया किले भी वध तू ही वाहुणा है। जिहड़ा बापू का खर्चा चलता वो इसे जमीन के ठेके तो चलता, मैं मुक्त च नहीं आउंदा। शाबाश शाबाश थोड़े। ओए इन्हां लीड़ियां च हाले भी मेरी महक की खुशबू है। सारे रंग भाग इन्हां हत्थां दी दसां नौहां दी किरत कमाई करके ने। ओए लीड़े किसे ललारी दुकान ते चंगे लीड़े नहीं, भाई पुराने होके चुके बाहर सुट दो। तुहाडी गलती नहीं पुत्रो, मैं ही सियाणे की गल नहीं मनी। सियाणे सही कहिंदे सी वी समें ते पहला हकदार बना दिओ तां अपने भांडे खड़का जांदे ने। शाबाश थोड़ी। ओए कंजरो मैं जिंदे जी थोनू जमीन जायदादा के मालिक बनाया, आ दिन देख ली कि मेरी कपड़े चक के बाहर सुट दो। हुण बोल देखा तो नहीं घुंघणियां पै गई मूंह च, बोलो। ओ बापू पुत आ देख तेरे मां बाप की करते फिर उन्होंने लड़ाइया तो वेल कितने उन्होंने दस दिया उन्होंने बटुए च 1000 रुपये लेके चलिया। बटुए चो 1000 रुपया साढ़े वेले तो बापू जी। हाँ हाँ बोल। मैं ला दा कुंडी वो तू गल दस की है पुत। बापू जी मैं कहना सी ओके मैं मैनू ओह हाँ हाँ संगदा कर तो है तू तू गल दस की है यार, मैं तेरा प्यो हाँ। बापू जी गल ओ सी के मैं ना सॉरी जाना अपने जीतो नू लैके थोड़े जे पैसे चाहिए सी। इन्नी गल सी? ओ बा ओ मेरा भोलिया पुत्ता जाके तैयारी वैरी करो, पैसे जान लगे फट के ले जी जिन्ने चाहिए ने। ठीक है बापू जी। लक्कड़ नूं सिउंक लगदी सुनी सी, कदे रिश्तियां नूं सिउंक लगूगी किने सोचिया होना है। लक्कड़ नूं लगी सिउंक नूं मिट्टी दा तेल संभाल लवे, पर रिश्तियां च लगी सिउंक लई शायद हले कोई तेल नहीं बनिया। छोटे और गल सुन पुत,
ओ काका ओ पुत गल सुन मेरी एक बार रुकता सही जमाने दे बदलदे दरिया विच तरना ही पैंदा है भाई सियां कादे दरिया कादे पानी हुण तां दरियावां दे पानी वांगू लोकां दी निगाह भी सुक गई है हुण तां चुप दी रमज ही भली है पर अमरजीत भाई कई बार बंदे दी चुप भी बहुत कुछ कह जांदी है ਵਾਹਿਗੁਰੂ ਅੱਛਾ ਪਾਸ਼ਾ ਹਰਨੇਕ ਪੁੱਤ ਓਏ ਹਰਨੇਕ ਸਿਆਂ ਹੈ ਬੋਲਦਾ ਸਹੁਰਾ ਹਰਨੇਕ ਸਿਆਂ ਪੁੱਤ ਹਰਨੇਕ ਸਿਆਂ ਸੁਣਦਾ ਨੀ ਹਾਂਜੀ ਬਾਪੂ ਹਰਨੇਕ ਪੁੱਤ ਮੈਂ ਤਾਂ ਇਹ ਕਹਿੰਦਾ ਸੀ ਵੀ ਕੱਲ੍ਹ ਜਦੋਂ ਤੂੰ ਸ਼ਹਿਰ ਗਿਆ ਨਾ ਤਾਂ ਮੈਨੂੰ ਨਾਲ ਲੈ ਕੇ ਜਾਈ ਆਪਾਂ ਡਾਕਟਰ ਕੋਲ ਚੱਲ ਕੇ ਆਉਣਾ ਬਾਪੂ ਯਾਰ ਤੁਸੀਂ ਤਾਂ ਮੈਨੂੰ ਹੈਰੀ ਤੋਂ ਹਰਨੇਕ ਹੀ ਬਣਾ ਤਾ ਪੁੱਤ ਅਸੀਂ ਤਾਂ ਚਾਵਾਂ ਲਾਡਾ ਨਾਲ ਤੇਰਾ ਨਾਂ ਹਰਨੇਕ ਸਿੰਘ ਰੱਖਿਆ ਸੀ ਪਰ ਵਕਤ ਨੇ ਤੈਨੂੰ ਹਰਨੇਕ ਸਿੰਘ ਤੋਂ ਹੈਰੀ ਬਣਾ ਤਾ ਪਰ ਬਾਪੂ ਅੱਜ ਦੇ ਮਾਹੌਲ 'ਚ ਹੈਰੀ ਚੰਗਾ ਲੱਗਦਾ ਚਲੋ ਮਰਜ਼ੀ ਹੈ ਤੇਰੀ ਭਾਈ ਤੇਰੇ ਲਈ ਹੈਰੀ ਠੀਕ ਸਹੀ ਪਰ ਸਾਡੇ ਲਈ ਤਾਂ ਹਰਨੇਕ ਸਿੰਘ ਚੰਗਾ ਹੈ ਹਰਨੇਕ ਪੁੱਤ ਜ਼ਿੰਦਗੀ ਦੇ ਰੰਗਾਂ ਵਿੱਚ ਨਾ ਜਵਾਨੀ ਦਾ ਰੰਗ ਸਭ ਤੋਂ ਅਨਮੋਲ ਹੁੰਦਾ ਹੈ ਪਰ ਥੋੜ੍ਹੇ ਟਾਈਮ ਲਈ ਆਉਂਦਾ ਹੈ ਐਂ ਸਮਝ ਲੈ ਭਾਈ ਹਵਾ ਦੇ ਬੁੱਲੇ ਵਰਗਾ ਅਹਿਸਾਸ ਹੁੰਦਾ ਇਹਦਾ ਉਹ ਬਾਪੂ ਤੁਹਾਡੇ ਵੇਲੇ ਗੱਲ ਹੋਰ ਸੀ ਅੱਜ ਕਹਾਣੀ ਹੋਰ ਹੈ ਉਹ ਗੱਲ ਤਾਂ ਉਹੀ ਹੈ ਪੁੱਤਰਾ ਬਸ ਬਦਲਾਓ ਦੀ ਪੌੜੀ ਥੋੜ੍ਹੀ ਜਿਹੀ ਲਾਲਚੀ ਹੋ ਗਈ ਨਾ ਲਾਲਚ ਨੂੰ ਕਿਹੜਾ ਡਾਕੇ ਮਾਰਦੀ ਫਿਰਦੀ ਹੈ ਇਹਨਾਂ ਉਮਰਾਂ 'ਚ ਮਾਰੇ ਹੋਏ ਡਾਕੇ ਨਾ ਪੁੱਤਰਾ ਬਸ ਐਂ ਸਮਝ ਲੈ ਵੀ ਕੋਰੇ ਕਾਗਜ਼ ਦੇ ਡੁੱਲੀ ਸਿਆਹੀ ਵਰਗੇ ਹੁੰਦੇ ਨੇ ਇਹਨਾਂ ਨੂੰ ਮਿਟਾਉਣ ਲਈ ਨਾ ਉਮਰਾਂ ਦਾ ਸਫ਼ਰ ਲੱਗ ਜਾਂਦਾ ਲੈ ਬਾਪੂ ਤੂੰ ਦਵਾਈ ਲੈ ਜਦੋਂ ਵਿਹਲਾ ਹੋ ਗਿਆ ਮੈਨੂੰ ਫੋਨ ਕਰ ਦੀ ਚੰਗਾ ਸ਼ੇਰਾ ਤੂੰ ਰੁਕ ਜਾਂਦਾ ਨਾ ਨਾ ਜਾਂਦਾ ਮੈਂ ਚੰਗਾ ਹੌਲੀ ਹੌਲੀ ਠੀਕ ਹੈ ਬਾਪੂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਬਜ਼ੁਰਗੋ ਠੀਕ ਹੋ ਸਿਹਤਾਂ ਠੀਕ ਨੇ ਡਾਕਟਰ ਸਾਹਿਬ ਸਿਹਤ ਠੀਕ ਹੁੰਦੀ ਪਰ ਤੁਹਾਡੇ ਦੁਆਰੇ ਕਾਹਨੂੰ ਉੱਪਰ ਦੇ ਹੋਰ ਬਜ਼ੁਰਗੋ ਕੀ ਤਕਲੀਫ ਹੈ ਤਕਲੀਫ ਡਾਕਟਰ ਸਾਹਿਬ ਕੁਛ ਦਿਨਾਂ ਤੋਂ ਉਦਾਸੀ ਨਾ ਚੱਕਣ ਲਿਆ ਚੈੱਕ ਕਰ ਲੈਣਾ ਜੀ ਹਾਂ ਕੋਈ ਗੱਲ ਨਹੀਂ ਜੀ ਮੈਡੀਸਨ ਲਿਖ ਦਿੰਦਾ We're sorry, the number you have dialed is not in service at this time. ਹੈ ਫੋਨ ਕਾਹਤੋਂ ਨਹੀਂ ਚੱਕਦਾ
ਹੱਥਾਂ 'ਚ ਖੇਡ ਕੇ ਅਜੋਹੀ ਅੰਗ ਕਿਹੜੇ ਸ਼ਹਿਰ ਦੀ ਮਿਠਾਸ ਚੋ ਰਹੇ ਨੇ। ਧੂੰਆਂ ਸਹੂਲਤਾਂ ਦੀ ਚਾਦਰ ਪਿੱਛੇ ਮਨੁੱਖਤਾ ਦੀ ਹੋਂਦ ਘਟਾ ਗਿਆ। ਸਿਆੜਾਂ ਵਿੱਚ ਉਡੀਕ ਦੇ ਉਗਰੇ ਕਈ ਵਕਤ ਦੇ ਵੀ ਬਦਲਾ ਦੀ ਹਨੇਰੀ ਚ ਚੁਲਸੇ ਕਈ ਰਕਤ ਦੇ ਵੀ ਰਿਸ਼ਤਿਆਂ ਦੇ ਝੂਠੇ ਅੱਖਰ ਪੱਤਿਆਂ ਤੇ ਲਾਹੇ ਨਹੀਂ ਜਾਣੇ। ਅੱਜ ਦੇ ਵਕਤ ਵਿੱਚ ਸੱਚ ਦੇ ਲਿਬਾਸ ਪਾਏ ਨਹੀਂ ਜਾਣੇ। ਜਿੱਥੇ ਵਸਦਾ ਸ਼ਹਿਰ ਕੋਈ ਅੱਖਾਂ 'ਚ ਧੂੰਏ ਰੜਕੇ ਨੇ। ਰੁੱਤਾਂ ਬਦਲਦੀਆਂ ਤੋਂ ਕਿੰਨੇ ਰੁੱਖਾਂ ਦੇ ਪੱਤੇ ਚੜਦੇ ਨੇ। ਕਿੰਨੇ ਹੀ ਮਲਕੀਤ ਸਿੰਘ ਵਰਗੇ ਹੋਣੇ ਆਪਣੀ ਹੋਣ ਦੇ ਗਵਾਚੇ ਰੁੱਖ ਤੋਂ ਜ਼ਿੰਦਗੀ ਦੇ ਪੱਤੇ ਝਾੜ ਗਏ ਨੇ।